ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ NRI ਗੁਰਪ੍ਰੀਤ ਸਿੰਘ ਪੇਲੀਆ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਜੀ ਦੀ ਸ਼ਹੀਦੀ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ ਟਾਂਡਾ ਰਾਮ ਸਹਾਇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਇਆ ਗਿਆ। ਮੈਡੀਕਲ ਕੈਂਪ ਦਾ ਉਦਘਾਟਨ ਹਲਕਾ ਮੁਕੇਰੀਆਂ ਦੀ ਵਿਧਾਇਕਾ ਮੈਡਮ ਅੰਜੂ ਬਾਲਾ ਵੱਲੋਂ ਕੀਤਾ ਗਿਆ। ਲਗਾਏ ਗਏ ਇਸ ਕੈਂਪ 'ਚ 300 ਤੋਂ ਵੱਧ ਮਰੀਜ਼ਾਂ ਦਾ ਮਾਹਰ ਡਾਕਟਰਾਂ ਵੱਲੋਂ ਚੈੱਕਅਪ ਕੀਤਾ ਗਿਆ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੇ ਟੈਸਟ ਵੀ ਕੀਤੇ ਗਏ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਗੁਲਸ਼ਨ। ਅਸੀਂ ਵਰਲਡ ਕੈਂਸਰ ਕੇਅਰ ਤੋਂ ਅੱਜ ਇੱਥੇ ਕੈਂਪ ਲਗਾਇਆ ਹੈ ਪਿੰਡ ਟਾਂਡਾ ਰਾਮਪੁਰ ਸਰਾਏ ਦੇ ਵਿੱਚ, ਟਾਂਡਾ ਰਾਮ ਸਹਾਇ ਦੇ ਵਿੱਚ। ਇਹਦੇ ਵਿੱਚ ਬੇਸਿਕਲੀ ਜੋ ਹੈਗਾ ਕਿ ਸਾਡੇ ਕੋਲ ਚਾਰ ਵੈਨ ਹੈਗੀਆਂ ਕੈਂਸਰ ਦੀਆਂ। ਉਹਦੇ ਵਿੱਚ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਹੋਏਗੀ ਬਾਹਰ, BP ਸ਼ੂਗਰ ਹੋਏਗਾ ਪੇਸ਼ੈਂਟ ਦਾ। ਆਫਟਰ ਦੈਨ ਅਸੀਂ ਇੱਕ ਵੀਡੀਓ ਦਿਖਾ ਰਹੇ ਹਾਂ 10 ਮਿੰਟ ਦੀ, ਕੈਂਸਰ ਅਵੇਅਰਨੈਸ ਦੇ ਲਈ। ਫੀਮੇਲ ਦੇ ਲਈ ਅਲੱਗ ਹੈਗੀ ਹੈ, ਮੇਲ ਪੇਸ਼ੈਂਟ ਦੇ ਲਈ ਅਲੱਗ ਹੈਗੀ ਹੈ। ਆਫਟਰ ਦੈਨ ਜੋ ਪੇਸ਼ੈਂਟ ਹੈ ਉਹ ਡਾਕਟਰ ਦੇ ਕੋਲ ਜਾਣਗੇ। ਮੇਲ ਡਾਕਟਰ ਅਲੱਗ ਹੈਗੇ ਹੈ, ਡਾਕਟਰ ਮਨਵੀਰ ਹੈਗੇ ਹੈ, ਅਤੇ ਫੀਮੇਲ ਦੇ ਡਾਕਟਰ ਅਲੱਗ ਹੈਗੇ ਹੈ। ਉਸ ਤੋਂ ਇਲਾਵਾ ਸਾਡੇ ਓਰਲ ਚੈੱਕਅਪ ਵੀ ਹੋ ਰਿਹਾ, ਉਹਦੇ ਡਾਕਟਰ ਅਲੱਗ ਤੋਂ ਹੈਗੇ ਹੈ। ਹੁਣ ਸਾਡੇ ਕੋਲ ਬਸ ਨੰਬਰ 1 ਹੈਗੀ ਹੈ, ਜਿਹਦੇ ਵਿੱਚ ਮੈਮੋਗ੍ਰਾਮ ਹੋ ਰਿਹਾ, ਲੇਡੀਜ਼ ਦੇ ਛਾਤੀ ਦੇ ਕੈਂਸਰ ਦੀ ਜਾਂਚ ਹੋ ਰਹੀ ਹੈ। ਆਫਟਰ ਦੈਨ ਬਸ ਨੰਬਰ 2 ਦੇ ਵਿੱਚ ਸੇਮ ਵੀਡੀਓ ਦਿਖਾ ਰਹੇ ਹਾਂ, ਐਂਡ ਪੈਪਸਮੀਅਰ ਟੈਸਟ ਹੋ ਰਿਹਾ ਸਰਵਾਈਕਲ ਕੈਂਸਰ ਦੇ ਲਈ, ਔਰ ਪ੍ਰੋਸਟੇਟ ਕੈਂਸਰ ਦਾ ਚੈੱਕਅਪ ਹੋ ਰਿਹਾ, PSA ਟੈਸਟ ਹੋ ਰਿਹਾ, ਐਂਡ ਬਲੱਡ ਕੈਂਸਰ ਦੀ ਜਾਂਚ ਹੋ ਰਹੀ ਹੈ। ਇਸ ਤੋਂ ਇਲਾਵਾ ਬਸ ਨੰਬਰ 3 ਹੈਗੀ ਹੈ, ਉਹਦੇ ਵਿੱਚ ਮੂੰਹ ਅਤੇ ਗਲੇ ਦੀ ਜਾਂਚ ਹੋ ਰਹੀ ਹੈ, ਐਂਡ ਬਸ ਨੰਬਰ 4 ਹੈਗੀ ਹੈ, ਉਹਦੇ ਵਿੱਚ ਬੋਨ ਕੈਂਸਰ, ਹੱਡੀਆਂ ਦੇ ਕੈਂਸਰ ਦੀ ਜਾਂਚ ਹੋ ਰਹੀ ਹੈ, ਬੋਨ ਮੈਰੋ ਡੈਂਸਿਟੀ ਚੈੱਕ ਹੋ ਰਹੀ ਹੈ। ਇਹ ਕੈਂਪ ਦਾ ਪ੍ਰੋਸੀਜਰ ਹੈਗਾ ਹੈ। ਇਸ ਤੋਂ ਬਾਅਦ ਪੇਸ਼ੈਂਟ ਦੇ ਟੈਸਟ ਵਗੈਰਾ ਹੋਣਗੇ, ਐਂਡ ਜੋ ਹੈ ਪੇਸ਼ੈਂਟ ਜੋ ਹੈ ਮੈਡੀਸਿਨ ਲੈਣ ਜਾਣਗਾ, ਜੋ ਵੀ ਕੋਈ ਜਨਰਲ ਪ੍ਰੋਬਲਮ ਹੋਏਗੀ ਉਹਨੂੰ, ਔਰ ਕੁਛ ਰਿਪੋਰਟਸ ਹੈਗੀਆਂ ਕੈਂਸਰ ਦੀਆਂ ਜੋ ਪੇਸ਼ੈਂਟ ਨੂੰ ਅਸੀਂ ਅੱਜ ਹੀ ਦੇ ਦੇਣੀ ਹੈ, ਐਂਡ ਕੁਛ ਟੈਸਟ ਹੋਣਗੇ ਜਿੱਦਾਂ ਬ੍ਰੈਸਟ ਕੈਂਸਰ ਦੇ, ਸਰਵਾਈਕਲ ਕੈਂਸਰ ਦੇ, ਐਂਡ ਪ੍ਰੋਸਟੇਟ ਕੈਂਸਰ ਦੇ। ਉਹ ਟੈਸਟ ਆਫਟਰ 25 ਡੇਜ਼ ਬਾਅਦ ਇੱਥੇ ਹੀ ਮਿਲਣੇ ਹੈ ਪੇਸ਼ੈਂਟ ਨੂੰ। ਇਹ ਸਾਰਾ ਕੈਂਪ ਦਾ ਪ੍ਰੋਸੈਸ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਕੈਂਪ ਅਸੀਂ ਟਾਂਡਾ ਰਾਮ ਸਾਹਿਬ ਦੇ ਵਿੱਚ ਲਗਾ ਰਹੇ ਹਾਂ, ਇਹ ਦੇਖੋ ਵੀ ਮੇਰੇ ਘਰ ਵਾਲੀ ਦੀ ਪ੍ਰੋਬਲਮ ਆਈ ਸੀਗੀ ਅਤੇ ਮੈਂ ਉੱਥੇ DMC ਗਿਆ। ਉੱਥੇ ਮੈਂ ਦੇਖਿਆ ਵੀ ਇਹ ਬਿਮਾਰੀ ਇੰਨੀ ਜਿਹੜੀ ਫੈਲ ਰਹੀ ਹੈ। ਫਿਰ ਮੇਰੇ ਬੇਟੇ ਨੂੰ ਇਸ ਬਾਰੇ ਪਤਾ ਲੱਗਾ, ਚਲੋ ਉਹਨਾਂ ਦੇ ਮਨ ਦੇ ਵਿੱਚ ਵੀ ਤਮੰਨਾ ਆਈ ਵੀ ਅਸੀਂ ਇਹ ਜਿਹੜਾ ਕੰਮ ਹੈ ਪਿੰਡ ਪੱਧਰ 'ਤੇ ਵੀ ਕਰਾ ਕੇ ਦੇਖੀਏ, ਕਿਉਂਕਿ ਇਹ ਬਿਮਾਰੀ ਜਿਹੜੀ ਹੈ ਇਹ ਬੜੀਆਂ ਬੜੀਆਂ ਵਡਮੁੱਲੀਆਂ ਜਾਨਾਂ ਜਿਹੜੀਆਂ ਲੈ ਲੈਂਦੀ ਹੈ। ਸੋ ਇਸ ਤੋਂ ਬਚਾਅ ਦੇ ਲਈ ਇਹ ਜਾਗਰੂਕਤਾ ਕੈਂਪ ਬਹੁਤ ਜ਼ਰੂਰੀ ਲੱਗਣੇ ਚਾਹੀਦੇ ਹੈ, ਔਰ ਅਸੀਂ ਇਹ ਪਿੰਡ ਦੇ ਵਿੱਚ ਲਗਾ ਰਹੇ ਹਾਂ। ਬਾਕੀ ਇਸ ਕੈਂਪ ਦੇ ਵਿੱਚ ਬਾਹਰਲੇ ਪਿੰਡਾਂ ਤੋਂ ਕਾਫੀ ਜਨਤਾ ਆ ਰਹੀ ਹੈ, ਬਹੁਤ ਸਾਨੂੰ ਸਪੋਰਟ ਮਿਲ ਰਹੀ ਹੈ। ਇਸ ਕੈਂਪ ਦੇ ਵਿੱਚ ਮੇਨ ਇਹ ਹੈ ਵੀ ਅਸੀਂ ਜਿੱਥੇ ਜਿਹੜੀ ਚੈਰੀਟੇਬਲ ਵੱਲੋਂ ਦਵਾਈਆਂ ਦਾ ਬੰਦੋਬਸਤ ਕੀਤਾ ਗਿਆ, ਟੈਸਟਾਂ ਦਾ ਬੰਦੋਬਸਤ ਕੀਤਾ ਗਿਆ, ਸਾਡੇ ਵੱਲੋਂ ਲੰਗਰ ਪਾਣੀ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਇਹਨਾਂ ਦਾ ਪੂਰੀ ਫੈਸਿਲਿਟੀ ਹੈ ਸਾਡੇ ਵੱਲੋਂ, ਅਤੇ ਮੈਂ ਹਰ ਜੋ ਵੀ ਇੱਥੇ ਮਰੀਜ਼ ਆਏ ਹੈ ਜਾਂ ਬਾਹਰੋਂ ਪਤਵੰਤੇ ਸੱਜਣ ਆਏ ਹੈ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਇਹ ਸਰ ਸਾਡੇ ਪਿੰਡ ਦੇ ਵਿੱਚ ਪਹਿਲਾ ਹੀ ਕੈਂਪ ਆਇਆ ਜੀ। ਅੱਗੇ ਹੁਣ ਦੇਖੋ ਸਾਨੂੰ ਇਹ ਤੋਂ ਕੀ ਸੇਧ ਮਿਲਦੀ ਹੈ, ਅਤੇ ਇਹਦੇ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ। ਦੇਖੋ ਦਸਾਂ ਨੌਵਾਂ ਦੇ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਕੱਢਣਾ ਚਾਹੀਦਾ ਵੈ, ਤੋ ਇਹ ਜਿਹੜੇ ਇਹ ਬੱਚੇ ਨੂੰ ਜਿਹੜਾ ਹੌਸਲਾ ਮਿਲਿਆ ਵੈ, ਵੈਸੇ ਵੀ ਇਹ ਮੈਂ ਦੇਖਦਾ ਵਾਂ ਕਿ ਕੋਈ ਗਰੀਬ ਇਹਦੇ ਕੋਲ ਆਵੇ ਇਹ ਉਹਦੀ ਪੂਰੀ ਸੇਵਾ ਕਰਦਾ ਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵੀਰ ਸਿੰਘ, ਪ੍ਰਿੰਸੀਪਲ ਗੌਰਮੈਂਟ ਸੀਨੀਅਰ ਸਕੂਲ ਟਾਂਡਾ ਰਾਮ ਸਾਹਿਬ ਵੱਲੋਂ, ਜਿਹੜੇ ਅੱਜ ਵੱਡਾ ਮਹਾਨ ਕਾਰਜ ਹੋ ਰਿਹਾ ਇਸ ਸਕੂਲ ਦੇ ਸੰਸਥਾ ਦੇ ਵਿੱਚ, ਇਲਾਕੇ ਦੇ
ਸਾਡੇ ਮੈਨੇਜਰ ਸਾਹਿਬ ਸੁਰਜੀਤ ਸਿੰਘ ਜੀ, ਉਹਨਾਂ ਦੇ ਬੇਟੇ ਗੁਰਪ੍ਰੀਤ ਸਿੰਘ ਯੂਕੇ ਵੱਲੋਂ NRI ਦੇ ਸਹਿਯੋਗ ਦੇ ਨਾਲ ਜਿਹੜਾ ਵੱਡਾ ਕੈਂਸਰ ਜਿਹੜਾ ਮੁਫਤ ਫ੍ਰੀ ਕੈਂਪ ਲੱਗ ਰਿਹਾ, ਬਹੁਤ ਵੱਡਾ ਉਪਰਾਲਾ। ਮੈਂ ਸਮਝਾਂ ਇਹ ਬਹੁਤ ਵੱਡੀ ਸੇਵਾ ਮਨੁੱਖਤਾ ਦੇ ਲਈ ਵੀ, ਜਿਹੜੇ ਸਾਡੇ ਬੱਚੇ ਇਸ ਪਾਸੇ ਨੂੰ ਜਾ ਰਹੇ ਆ, ਇਹਨੂੰ ਬਹੁਤ ਮੋਟੀਵੇਸ਼ਨ ਮਿਲੂਗੀ ਸਾਰਿਆਂ ਨੂੰ, ਹੋਰਨਾਂ ਨੂੰ ਵੀ ਮਿਲੇਗੀ। ਮੇਰੇ ਖਿਆਲ ਪਹਿਲਾਂ ਸਾਡੇ ਇਲਾਕੇ 'ਚ ਜਿਹੜਾ ਕੈਂਪ ਹੈ ਔਰਗਨਾਈਜ਼ ਹੋਣ ਜਾ ਰਿਹਾ, ਇਹ ਲਈ ਸਾਰੀ ਸਮੁੱਚੀ ਸੰਗਤਾਂ, ਖਾਸ ਕਰਕੇ ਸਾਡੇ ਟਾਂਡਾ ਰਾਮ ਸ਼ਹਿਰ ਦੀਆਂ ਸਾਰੇ ਪਤਵੰਤ ਸੱਜਣ ਇਲਾਕਾ ਇਸ ਸੱਜਣ ਜਿਹੜੇ ਹੈ ਵਧਾਈ ਦੇ ਪਾਤਰ ਹੈ। ਇਸ ਗੱਲ ਲਈ ਇਹ ਪਰਿਵਾਰ ਵੀ ਵਧਾਈ ਦਾ ਪਾਤਰ ਹੈ। ਗੁਰਪ੍ਰੀਤ ਸਿੰਘ ਹੋਣੀ, ਪਰਮਾਤਮਾ ਕਰੇ ਇਹਨਾਂ 'ਤੇ ਬਖਸ਼ਿਸ਼ ਕਰੇ, ਰਹਿਮਤ ਕਰੇ, ਇਸੇ ਤਰੀਕੇ ਨਾਲ ਇਹ ਮਨੁੱਖਤਾ ਦੀ ਸੇਵਾ ਕਰਦੇ ਰਹਿਣ, ਇਸੇ ਤਰੀਕੇ ਨਾਲ ਜਿਹੜੇ ਵਰਲਡ ਕੈਂਪ ਜਿਹੜੇ ਵਰਲਡ ਬਿਮਾਰੀਆਂ, ਸਾਡੀ ਖਤਰਨਾਕ ਜਿਹੜੀ ਕੈਂਸਰ ਦੀ ਬਿਮਾਰੀ ਹੈ, ਘੁਣ ਵੰਗ ਸਾਡੇ ਸਮਾਜ ਨੂੰ ਖਾ ਰਹੀ ਹੈ, ਇਹ ਜੇ ਸਾਨੂੰ ਬਿਮਾਰੀ ਦਾ ਪਹਿਲੀ ਸਟੇਜਾਂ 'ਤੇ ਪਤਾ ਲੱਗ ਜੇ ਤਾਂ ਇਹਦਾ ਇਲਾਜ ਹੈ, ਜੇ ਸਾਨੂੰ ਅਰਲੀ ਬਾਅਦ 'ਚ ਲੇਟੈਸਟ ਸਟੇਜਾਂ 'ਤੇ ਪਤਾ ਲੱਗਦਾ ਤਾਂ ਫਿਰ ਇਹਦਾ ਕੋਈ ਇਲਾਜ ਨਹੀਂ। ਇਹ ਬਹੁਤ ਵੱਡਾ ਉਪਰਾਲਾ, ਸ਼ਲਾਘਾਯੋਗ ਉਪਰਾਲਾ ਜਿਹੜਾ ਸਾਡੇ ਜਿਹੜੇ ਖਾਸ ਕਰਕੇ ਮੇਰਾ ਸਟੂਡੈਂਟ ਹੈ ਗੁਰਪ੍ਰੀਤ ਸਿੰਘ, ਬਹੁਤ ਵਧਾਈ ਦੇ ਪਾਤਰ ਹੈ। ਪਰਿਵਾਰ ਸਮੂਹ ਜਿਹੜਾ ਵਧਾਈ ਦਾ ਪਰਿਵਾਤਰ ਹੈ। ਇਲਾਕੇ ਪਤਵੰਤ ਜਿਹੜੇ ਆ, ਪੰਜ ਸਰਪੰਚ ਸਾਡੇ ਜਿਹੜੇ ਆ, ਸਾਰੇ ਹੁੰਮ ਆ ਕੇ ਜਿਹੜੇ ਇੱਥੇ ਆਏ ਹੋਏ ਆ, ਇਲਾਕੇ ਦੀਆਂ ਸੰਗਤਾਂ ਵੀ ਆਈਆਂ, ਅਤੇ ਸਾਨੂੰ ਇਸ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ। ਆਪਣੀਆਂ ਜਿਹੜੀਆਂ ਬਿਮਾਰੀਆਂ ਇਹਨੂੰ ਡਾਇਗਨੋਜ਼ ਕਰਾਉਣਾ ਚਾਹੀਦਾ, ਟਾਈਮ ਟੂ ਟਾਈਮ ਚੈੱਕਅਪ ਕਰਾਉਣਾ ਚਾਹੀਦਾ, ਤਾਂ ਜੋ ਸਾਨੂੰ ਜਿਹੜੀਆਂ ਖਤਰਨਾਕ ਬਿਮਾਰੀਆਂ ਉਹਨਾਂ ਤੋਂ ਬਚਾਇਆ ਜਾ ਸਕੇ, ਆਪ ਵੀ ਬਚੀ ਅਸੀਂ ਬਿਮਾਰੀਆਂ ਤੋਂ ਅਤੇ ਲੋਕਾਂ ਨੂੰ ਵੀ ਬਚਾਇਆ ਜਾ ਸਕੇ। ਇਹੀ ਮੈਂ ਕਹਿਣਾ ਸਭ ਤੋਂ ਵੱਡੀ ਸੇਵਾ ਹੋਏਗੀ, ਮਨੁੱਖਤਾ ਦੀ ਸੇਵਾ ਹੋਏਗੀ, ਕਿਉਂਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਜਿਹੜੇ ਇਨਸਾਨ ਵਿੱਦਿਆ ਨੂੰ ਵਿਚਾਰ ਲੈਂਦੇ ਉਹ ਫਿਰ ਇਨਸਾਨ ਪਰਉਪਕਾਰੀ ਬਣ ਜਾਂਦੇ ਆ। ਮੈਂ ਕਹਿੰਦਾ ਗੁਰਪ੍ਰੀਤ ਸਿੰਘ 'ਤੇ ਬੜੀ ਵੱਡੀ ਬਖਸ਼ਿਸ਼ ਹੈ ਇਸ ਗੱਲ ਲਈ, ਇਹ ਅਲੱਗ ਜਿੱਥੇ ਸਾਡੇ ਸਕੂਲ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ, ਇਹ ਪਰਿਵਾਰ ਦੇ ਰਹੇ ਆ ਇਲਾਕੇ ਪਤਵੰਤ ਸੱਜਣੇ, ਅੱਜ ਜਿਹੜਾ ਵੱਡਾ ਜਿਹੜਾ ਉਪਰਾਲਾ ਮਨੁੱਖਤਾ ਦੀ ਸੇਵਾ ਲਈ ਹੋ ਰਿਹਾ, ਇਹਦੇ ਲਈ ਬਹੁਤ ਬਹੁਤ ਇਹਨਾਂ ਦੇ ਵਧਾਈ ਦੇ ਪਾਤਰ। ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਸਾਰਿਆਂ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਪਵਿੱਤਰ ਔਰ ਵਧੀਆ ਦਿਹਾੜਾ ਜੋ ਅੱਜ ਟਾਂਡਾ ਰਾਮ ਸਾਹਿਬ ਹਾਈ ਸਕੂਲ ਦੇ ਵਿੱਚ ਸਾਡੇ ਇਲਾਕੇ ਦੇ ਬਹੁਤ ਹੀ ਪਤਵੰਤੇ ਸੱਜਣ ਸੁਰਜੀਤ ਸਿੰਘ ਜੀ ਮੈਨੇਜਰ ਸਾਹਿਬ ਔਰ ਉਹਨਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਜੀ UK, ਜਿਨ੍ਹਾਂ ਨੇ ਕਦੀ ਮਹਾਰਾਜ ਗਾੜੀ ਅਰਦਾਸ ਕੀਤੀ ਸੀ ਕਿ ਇਹ ਸੱਚੇ ਪਾਤਸ਼ਾਹ ਅਗਰ ਤੁਸੀਂ ਮੈਨੂੰ ਮੇਰੀ ਧਰਤੀ ਦੇ ਨਾਲ ਮਿਲਾ ਦਿਓ, ਕਿਉਂਕਿ 15 ਸਾਲਾਂ ਬਾਅਦ ਇਹਨਾਂ ਨੇ ਆ ਕੇ ਇਸ ਧਰਤੀ ਦੀ ਖੁਸ਼ਬੂ ਨੂੰ ਦੁਬਾਰਾ ਪ੍ਰਾਪਤ ਕੀਤੀ ਹੈ ਔਰ ਮਹਾਰਾਜ ਨੇ ਇਹਨਾਂ ਦੀ ਮੰਗ ਨੂੰ ਪੂਰਾ ਕੀਤਾ। ਇਹਨਾਂ ਨੇ ਮਨੁੱਖਤਾ ਦੀ ਭਲਾਈ ਵਾਸਤੇ ਬਹੁਤ ਵੱਡਾ ਕੈਂਪ ਜਿਹੜਾ ਹੈ ਜੋ ਸਾਰੇ ਇਲਾਕੇ ਦੀ ਸੰਗਤ ਪੂਰੀ ਸਪੋਰਟ ਕਰ ਰਹੀ ਹੈ, ਫਾਈਨੈਂਸ਼ੀਅਲ ਸਪੋਰਟ ਵੀ ਕਰ ਰਹੇ ਹੈ ਭਾਈ, ਇਹ ਖਾਣ ਪੀਣ ਦਾ ਵੀ ਇਹਨਾਂ ਨੇ ਸਾਰਾ ਬੰਦੋਬਸਤ ਕੀਤਾ ਹੋਇਆ ਹੈ। ਸਾਰੇ ਹੀ ਇਲਾਕੇ ਵੱਲੋਂ ਹੀ ਅਸੀਂ ਇਸ ਪਰਿਵਾਰ ਨੂੰ ਬਹੁਤ 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 ਮੁਬਾਰਕਬਾਦ ਦਿੰਦੇ ਹਾਂ, ਕਿਉਂਕਿ ਇੱਕ ਵਧੀਆ ਹੀ ਸਟੈਪ ਹੈ ਜੋ ਇਹ ਬੱਚੇ ਨੇ ਸ਼ੁਰੂ ਕੀਤਾ ਹੈ। ਪਰਮਾਤਮਾ ਇਹਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਔਰ ਸਾਰਿਆਂ ਨੂੰ ਅਸੀਂ ਇਹੋ ਹੀ ਸੰਦੇਸ਼ਾ ਦੇਵਾਂਗੇ ਕਿ ਭਾਈ ਇਹ ਜਿਹੜਾ ਸਟੈਪ ਹੈ ਮਨੁੱਖਤਾ ਦੀ ਭਲਾਈ ਵਾਸਤੇ, ਜੇ ਤੁਸੀਂ ਕਮਾਈ ਕਰਦੇ ਹੋ ਤਾਂ ਇਹਦੇ ਵਿੱਚ ਕਰਨੀ ਚਾਹੀਦੀ ਹੈ ਔਰ ਕਰਕੇ ਅੱਗੇ ਘਾਲ ਕਰੇ ਕੱਛਥੋਂ ਦੇ ਨਾਨਕ ਸਾਣੇ ਸੇ। ਸੱਚੇ ਪਾਤਸ਼ਾਹ ਇਹਨਾਂ ਪਰਿਵਾਰਾਂ ਨੂੰ ਚੜ੍ਹਦੀਆਂ ਵਿੱਚ ਰੱਖਣ ਔਰ ਬੱਚਿਆਂ ਨੂੰ ਵੀ ਅੱਗੇ ਦਿਨ ਦੁਗਰੀ ਰਾਤ ਚੌਗਣੀ ਤਰੱਕੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਤਾਯੋਗ ਕਾਰਿਆ ਜੋ ਗੁਰਪ੍ਰੀਤ ਸਿੰਘ UK ਵਾਲੇ ਸਾਡੇ ਹੋਣਹਾਰ ਲਾਡਲੇ ਸਪੁੱਤਰ ਜਿਨ੍ਹਾਂ ਨੇ ਔਰਗਨਾਈਜ਼ ਕੀਤਾ ਹੈ। ਸਿਆਣਿਆਂ ਦਾ ਕਹਾਵਤ ਹੈ, ਅਰਲੀ ਡਿਟੈਕਸ਼ਨ ਸੇਵ ਏ ਕੋਸਟਲੀ ਲਾਈਫ। ਸੋ ਜਦੋਂ ਇਹ ਭਿਆਨਕ
ਕੈਂਸਰ ਵਰਗੀ ਨਾਮਰਾਦ ਬਿਮਾਰੀ, ਇਹਨੂੰ ਜੇ ਅਸੀਂ ਜਲਦੀ ਡਿਟੈਕਟ ਕਰ ਲਾਂਗੇ ਤਾਂ ਇਹਦਾ ਇਲਾਜ ਹੈ। ਜਿਵੇਂ ਸੁਰਜੀਤ ਸਿੰਘ ਨੇ, ਮੈਨੇਜਰ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਘਰੋਂ ਬੀਬਾ ਜੀ ਨੂੰ ਇਹ ਪ੍ਰੋਬਲਮ ਅਰਾਈਜ਼ ਹੋਈ ਤਾਂ ਉਹਨਾਂ ਨੇ ਆਪਣੇ ਬੇਟੇ ਦੇ ਨਾਲ ਡਿਸਕਸ ਕੀਤਾ, ਜਿਹਦੇ ਜੇਨ ਦੇ ਵਿੱਚ ਇਹ ਉਤਪੰਨ ਹੋਇਆ ਕਿ ਕਿਉਂ ਨਾ ਮੇਰੇ ਇਲਾਕੇ ਦੇ ਸਾਰੇ ਹੀ ਰਹਿਨਮਾ, ਸਾਰੇ ਹੀ ਇਲਾਕਾ ਨਿਵਾਸੀ ਇਸ ਜੋ ਵਰਲਡ ਕੈਂਸਰ ਕੇਅਰ ਵਾਲਿਆਂ ਨੇ ਸਾਨੂੰ ਫੈਸਿਲਿਟੀ ਦਿੱਤੀ ਹੈ ਉਹਦਾ ਫਾਇਦਾ ਉਠਾ ਸਕਣ। ਪਿੱਛੇ ਵੀ ਇਹ ਕੈਂਪ ਸਾਡੇ ਲੱਖੀ ਸ਼ਾਹ ਲਵਾਣਾ ਭਵਨ, ਜਿਸ ਦਾ ਮੈਂ ਚੇਅਰਮੈਨ ਹਾਂ, ਉੱਥੇ ਇਹ ਔਰਗਨਾਈਜ਼ ਹੋਇਆ। ਉੱਥੇ ਵੀ ਕੋਈ 150 ਬੰਦੇ ਨੇ ਆਪਣਾ ਟੈਸਟ ਕਰਾਇਆ, ਜਿਸ ਵਿੱਚ 4 ਪੋਜ਼ਿਟਿਵ ਅਤੇ ਬਾਕੀ ਸਾਰੇ ਹੀ ਤਕਰੀਬਨ ਨੈਗੇਟਿਵ ਡਿਟੈਕਟ ਹੋਏ, ਜਿਨ੍ਹਾਂ ਦਾ ਅਰਲੀ ਸਟੇਜ 'ਤੇ ਉਹਨਾਂ ਦਾ ਟ੍ਰੀਟਮੈਂਟ ਹੋ ਕੇ ਉਹ ਆਪਣਾ ਸਿਹਤ ਯਾਬ ਹੋ ਗਏ ਹਨ। ਸੋ ਇੱਥੇ ਵੀ ਜਿਹੜੇ ਵੀ ਸੱਜਣ ਅਰਲੀ ਡਿਟੈਕਟ ਹੋ ਜਾਣਗੇ ਉਹ ਆਪਣਾ ਇਲਾਜ ਕਰਾ ਕੇ ਸਿਹਤ ਯਾਬ ਹੋ ਜਾਣਗੇ। ਮੈਂ ਸਰਦਾਰ ਸੁਰਜੀਤ ਸਿੰਘ ਦਾ, ਉਹਨਾਂ ਦੇ ਬੇਟੇ ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਸਾਰੇ ਹੀ ਮੇਰੇ ਇਲਾਕੇ ਦੇ ਪਤਵੰਤੇ ਸੱਜਣ, ਮੈਂਬਰ ਸਾਹਿਬਾਨ, ਪੰਚ ਸਰਪੰਚ ਸਰਪੰਚ ਸਾਹਿਬ ਅਤੇ ਆਈ ਹੋਈ ਬੀਬੀ ਇੰਦੂ ਬਾਲਾ ਜੀ ਜੋ ਇਲਾਕੇ ਦੀ MLA ਹਨ, ਉਹਨਾਂ ਦਾ ਸਾਰਿਆਂ ਦਾ ਇੱਥੇ ਆਉਣ 'ਤੇ ਧੰਨਵਾਦੀ ਹਾਂ, ਧੰਨਵਾਦ ਕਰਦਾ ਹਾਂ ਪਰਿਵਾਰ ਵੱਲੋਂ। ਪਰਿਵਾਰ ਨੂੰ ਹੋਰ ਚੜ੍ਹਦੀਆਂ ਕਲਾਂ ਵਿੱਚ ਲੈ ਜਾਏ ਪਰਮਾਤਮਾ, ਤਾਂ ਜੋ ਇਹ ਬੱਚਾ ਹੋਰ ਇਲਾਕੇ ਦੀ ਵੱਧ ਤੋਂ ਵੱਧ ਸੇਵਾ ਕਰ ਸਕੇ ਅਤੇ ਇਹਨਾਂ ਵੱਲ ਦੇਖ ਕੇ ਬਾਕੀ ਇਲਾਕੇ ਦੇ ਪਤਵੰਤੇ ਸੱਜਣ ਵੀ ਇਹਦੀ ਸੇਧ ਲੈ ਕੇ ਆਪਣੇ ਬੱਚਿਆਂ ਨੂੰ ਪ੍ਰੇਰਨਾ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਇਹ ਉਦਘਾਟਨ ਹੋ ਰਿਹਾ ਵਾ ਮੇਰੇ ਦੁਆਰਾ, ਇਹ ਬਹੁਤ ਹੀ ਸਾਡੇ ਇਲਾਕੇ ਲਈ ਬਹੁਤ ਹੀ ਅੱਛੀ ਗੱਲ ਆ, ਕਿਉਂਕਿ ਮੈਂ ਦੇਖਿਆ ਮੇਰੇ ਪਤੀ ਵੀ ਇਸ ਬਿਮਾਰੀ ਦੇ ਨਾਲ ਗ੍ਰਸਤ ਸੀਗੇ ਔਰ ਇਲਾਕੇ ਵਿੱਚ ਮੈਂ ਦੇਖਿਆ ਬਹੁਤ ਸਾਡੇ ਪੇਸ਼ੈਂਟ ਆ, ਹਰ ਮੇਰੇ ਕੋਲ 10 ਆਦਮੀ ਦੇ ਪਿੱਛੇ ਜਿਹੜਾ ਸਾਡੇ ਦੇਸ਼ ਦੇ ਵਿੱਚ ਇਸ ਬਿਮਾਰੀ ਦੇ ਨਾਲ ਪੀੜਿਤ ਆ।
ਔਰ ਜੇ ਇਸ ਤਰ੍ਹਾਂ ਸਾਰੇ ਸਹਿਯੋਗ ਕਰਦੇ ਰਹਿਣਗੇ ਮੈਨੂੰ ਲੱਗਦਾ ਵੀ ਇਹ ਬਿਮਾਰੀ ਜਿਹੜੀ ਜੜ੍ਹ ਤੋਂ ਖਤਮ ਹੋ ਜਾਏਗੀ। ਸੋ ਜਿਸ ਤਰ੍ਹਾਂ ਇਹਨਾਂ ਨੇ ਇਹਨਾਂ ਦੇ ਬੇਟੇ ਨੇ ਗੁਰਪ੍ਰੀਤ, ਹਾਂਜੀ ਗੁਰਪ੍ਰੀਤ ਨੇ ਜਿਹੜਾ ਇਹ ਪਹਿਲਾਂ ਜਿਹੜੇ ਯੂਕੇ ਤੋਂ ਆਣ ਕੇ ਜਿਹੜਾ ਇਹਨੇ ਪਹਿਲਾ ਕਦਮ ਉਠਾਇਆ ਵਾ ਸਾਡੇ ਮਕੇਰੀਆਂ ਵਿੱਚ, ਮੈਂ ਕਹਿੰਦੀ ਬਹੁਤ ਹੀ ਸਾਰਨੇ ਕੰਮ ਕਰ ਲਿਆ ਇਹ ਬੇਟਾ। ਔਰ ਸਾਡੇ ਜਿਹੜੇ ਲੋਕ ਜਿਹੜੇ ਹੈਗੇ ਮਕੇਰੀਆਂ ਦੇ ਜ਼ਿਆਦਾ ਪੈਸਾ ਨਹੀਂ ਖਰਚ ਸਕਦੇ ਅਤੇ ਉਹ ਇਸ ਚੀਜ਼ ਦਾ ਬਹੁਤ ਜ਼ਿਆਦਾ ਲਾਭ ਉਠਾਉਣਗੇ ਔਰ ਬਿਮਾਰੀ ਤੋਂ ਜਿਹੜੀ ਆ ਦੁੱਖ ਤਕਲੀਫਾਂ ਤੋਂ ਦੂਰ ਰਹਿਣਗੇ। ਹਾਂਜੀ ਹਾਂ, ਮੈਂ ਤਾਂ ਕਹਿੰਦੀ ਜਿਸ ਤਰ੍ਹਾਂ ਇਹਨਾਂ ਨੇ ਅੱਜ ਜਿਹੜਾ ਕੰਮ ਇਹ ਸ਼ੁਰੂਆਤ ਕਰਨ ਲੱਗੇ ਆ, ਮੈਂ ਸਮਝਦੀ ਹਾਂ ਸਾਰਿਆਂ ਨੂੰ ਇਸ ਤਰ੍ਹਾਂ ਦੇ ਯਾਨੀ ਕਿ ਯੋਗਦਾਨ ਸਾਰਿਆਂ ਨੂੰ ਦੇਣਾ ਚਾਹੀਦਾ ਵਾ ਤਾਂ ਕਿ ਜਿਹੜੇ ਸਾਡੇ ਗਰੀਬ ਆਰਥਿਕ ਤੌਰ 'ਤੇ ਜਿਹੜੇ ਗਰੀਬ ਪਰਿਵਾਰ ਆ ਉਹ ਇਸ ਚੀਜ਼ ਦਾ ਫਾਇਦਾ ਲੈ ਸਕਣ। ਹਰਭਵਨ ਸਿੰਘ ਜੀ, ਨਿਰਮਲ ਸਿੰਘ ਜੀ, ਚੀਫ ਇੰਜੀਨੀਅਰ ਗਿਆਨ
ਗਿਆਨੀ ਸੰਤੋਖ ਸਿੰਘ ਜੀ, ਬਲਕਾਰ ਸਿੰਘ ਜੀ, ਸਾਬਕਾ ਮੈਂਬਰ ਭਾਗ ਸਿੰਘ ਜੀ, ਪਰਮਜੀਤ ਕੌਰ, ਮਨਦੀਪ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ ਔਰ ਕਰਨੈਲ ਸਿੰਘ ਜੀ। ਔਰ ਅੱਜ ਮੈਂ ਪਿੰਡ ਤੁਹਾਡੇ ਆਈ ਹਾਂ। ਤੁਸੀਂ ਸਾਰੇ ਜਾਣਦੇ ਹੋ ਜਿਹੜੇ ਦਿਨ ਚੱਲ ਰਹੇ ਆ 26, 27, 28 ਤਰੀਕ, ਇਹਦੇ ਵਿੱਚ ਜਿਹੜੇ ਸਾਡੇ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਚਲਾਇਆ ਫਤਿਹ ਸਿੰਘ ਔਰ ਜੋਰਾ ਸਿੰਘ ਨੂੰ, ਉਹ ਮਾਤਾ ਦਾ ਦਿਲ ਦੇਖੋ ਉਹ ਕਿਸ ਤਰ੍ਹਾਂ ਜਦੋਂ ਇਹ ਸੀਤ ਯਾਦ ਆਉਂਦਾ ਵਾ ਜਾਂ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਸਾਡੇ ਅੱਖਾਂ ਵਿੱਚ ਅੱਥਰੂ ਆ ਜਾਂਦੇ ਆ। ਛੋਟੇ ਛੋਟੇ ਬੱਚੇ ਔਰ ਜਿਨ੍ਹਾਂ ਨੂੰ ਸਿੰਘ ਕਿੰਨੇ ਸੋਹਣੇ ਸਜਾਇਆ ਹੋਇਆ ਸੀ, ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਨਵੇਂ ਕੱਪੜੇ ਪਾਏ ਸੀ ਕਿਉਂਕਿ ਉਹ ਪਹਿਲਾਂ ਪੁਰਾਣੇ ਕੱਪੜੇ ਪਾਉਂਦੇ ਸੀਗੇ। ਜਦੋਂ ਉਹਨਾਂ ਨੇ ਕਿਹਾ ਆਪਣੀ ਮਾਤਾ ਨੂੰ, ਮਾਤਾ ਵੀ ਇਹ ਜਿਹੜੇ ਤੁਸੀਂ ਬੜੀ ਛੋਟੀ ਜਿਹੀ ਦਸਤਾਰ ਰੱਖੀ ਆ, ਇਹ ਸਾਡੇ ਲਈ ਕੱਪੜੇ ਜਿਹੜੇ ਤੁਸੀਂ ਨਵੇਂ ਪਾਏ ਆ, ਨਵੇਂ ਸਿਲਾਏ ਆ, ਤੁਸੀਂ ਸਾਨੂੰ ਪਾਉਂਦੇ ਕਿਉਂ ਨੇ? ਕਿਉਂਕਿ ਮਾਤਾ ਨੂੰ ਵੀ ਪਤਾ ਸੀ ਅਗਲੇ ਦਿਨ ਮੈਂ ਬੱਚਿਆਂ ਨੂੰ ਜਿਨ੍ਹਾਂ ਨੂੰ ਮੈਂ ਇਹ ਕੱਪੜੇ ਪਾਉਣੇ ਉਹਨਾਂ ਨੇ ਮੇਰੇ ਕੋਲ ਵਾਪਸ ਨਹੀਂ ਆਉਣਾ। ਅਤੇ ਉਹਨਾਂ ਨੂੰ ਇਸ ਤਰ੍ਹਾਂ ਛੋਟੇ ਬੱਚਿਆਂ ਨੂੰ ਜਦੋਂ ਦੀਵਾਰ ਵਿੱਚ ਸੁਣ ਦਿੱਤਾ ਗਿਆ ਅਤੇ ਉਹਨਾਂ ਨੇ ਕਿੰਨਾ ਹੌਸਲਾ ਰੱਖਿਆ, ਉਹ ਬਾਪ ਦਾ ਕਿੰਨਾ ਮਤਲਬ ਕਿ ਉਹਨਾਂ ਨੇ ਦਿਲ 'ਤੇ ਪੱਥਰ ਰੱਖਿਆ ਹੋਇਆ ਸੀ, ਉਹਨਾਂ ਦੇ ਅੱਖਾਂ ਵਿੱਚ ਪੱਥਰੂ ਨੇ ਉਹਨਾਂ ਨੇ ਆਣ ਦਿੱਤੇ। ਉਹਨਾਂ ਨੇ ਕਿਹਾ ਚਾਰ ਮੁਰੇ ਤੋਂ ਕਿਹਾ ਹੋਆ ਜੀਵਤ ਕਈ ਹਜ਼ਾਰ, ਉਹਨਾਂ ਨੇ ਇਸ ਤਰ੍ਹਾਂ ਗੱਲ ਕੀਤੀ। ਔਰ ਜਦੋਂ ਅਸੀਂ ਪਿੱਛੇ ਵੀ ਦੇਖਦੇ ਹਾਂ ਜਦੋਂ ਅਰਜੁਨ ਦਾ ਬੇਟਾ ਯੁੱਧ ਦੇ ਵਿੱਚ ਮਰ ਗਿਆ ਸੀਗਾ ਅਤੇ ਉਹਨਾਂ ਨੇ ਆਪਣੇ ਹਥਿਆਰ ਛੱਡ ਕੇ ਤਾਂ ਮਾਰ ਕੇ ਰੋਇਆ ਸੀਗਾ, ਕਹਿਣ ਦਾ ਭਾਵ ਆ ਗੁਰੂ ਗੋਬਿੰਦ ਸਿੰਘ ਨੇ ਕਿੰਨੇ ਸਟਰੋਂਗ ਹੋ ਗਏ। ਉਹਨਾਂ ਨੇ ਕਹਿਤਾ ਜੇ ਮੇਰੇ ਬੱਚੇ ਚਾਰ ਚਲੇ ਗਏ ਤਾਂ ਮੇਰੇ ਕਈ ਜੀਵਤ ਹਜ਼ਾਰ ਆ। ਅਤੇ ਜਦੋਂ ਉਹਨੇ ਆਪਣਾ ਹਥਿਆਰ ਛੱਡ ਕੇ ਅਤੇ ਰੋਣ ਲੱਗ ਪਿਆ ਸੀ, ਔਰ ਆਪਾਂ ਕਈ ਹਿਸਟਰੀ 'ਚ ਦੇਖਦੇ ਹਾਂ ਨੈਪੋਲੀਅਨ ਦਾ ਵੀ ਜਦੋਂ ਬੇਟਾ ਮਰਿਆ ਸੀਗਾ ਉਹਨੂੰ ਵੀ ਬਹੁਤ ਰੋਇਆ ਸੀਗਾ। ਇਸ ਤਰ੍ਹਾਂ ਦੀਆਂ ਆਪਾਂ ਜਦੋਂ ਹਿਸਟਰੀ 'ਚ ਗੱਲਾਂ ਸੁਣਦੇ ਹਾਂ ਪੜ੍ਹਦੇ ਹਾਂ ਅਤੇ ਅਸੀਂ ਜਦੋਂ ਗੁਰੂ ਜੀ ਦੀ ਜਦੋਂ ਦੇਖਦੇ ਹਾਂ ਅਤੇ ਗੁਰੂ ਜੀ ਬਿਲਕੁਲ ਉਹਨਾਂ ਨੇ ਆਪਣੇ 'ਤੇ ਨਹੀਂ, ਉਹਨਾਂ ਨੇ ਕਿਹਾ ਕੋਈ ਨਹੀਂ ਜਿਹੜੇ ਬਾਕੀ ਬੱਚੇ ਆ ਸਾਰੇ ਮੇਰੇ ਆਪਣੇ ਬੱਚੇ ਆ। ਸੋ ਅਗਰ ਮੈਂ ਸਮਝਦੀ ਹਾਂ ਸਾਡੇ ਜਿੰਨੇ ਵੀ ਗੁਰੂ ਹੋਏ ਆ, ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਕਿਹਦੇ ਖਾਤਰ? ਹਿੰਦੂਆਂ ਦੀ ਖਾਤਰ ਬਲੀਦਾਨ ਦਿੱਤਾ। ਅਗਰ ਜੇ ਉਹ ਬਲੀਦਾਨ ਨਾ ਦਿੰਦੇ ਅੱਜ ਇਹ ਸਾਰੇ ਇਸ ਜਗ੍ਹਾ 'ਤੇ ਮੁਸਲਿਮ ਖੜੇ ਹੋਣੇ ਸੀਗੇ, ਕੋਈ ਹਿੰਦੂ ਨਹੀਂ ਸੀ ਲੱਭਣਾ। ਉਹਨਾਂ ਦੇ ਬੇਟੇ ਨੇ ਜੋ ਇਹ ਕੈਂਪ ਲਾਇਆ ਹੈ ਬਹੁਤ ਹੀ ਚੜ੍ਹਦੀ ਕਲਾ ਵਾਲਾ ਕੰਮ ਕੀਤਾ ਹੈ। ਦੂਜੇ ਪਾਸੇ ਮੈਂ ਤਾਂ ਕਹਾਂਗਾ ਜੋ ਅੱਜ ਕੱਲ੍ਹ 20 ਤਰੀਕ ਤੋਂ ਲੈ ਕੇ 28 ਤਰੀਕ ਤੱਕ ਸਾਹਿਬਜ਼ਾਦਿਆਂ ਦੇ ਪ੍ਰੋਗਰਾਮ ਚੱਲ ਰਹੇ ਹਨ, ਜਗ੍ਹਾ ਜਗ੍ਹਾ 'ਤੇ ਲੰਗਰ ਲੱਗੇ ਹਨ, ਲੇਕਿਨ ਆਹ ਲੰਗਰ ਦੀ ਬਹੁਤ ਵੱਡੀ ਜ਼ਰੂਰਤ ਹੈ। ਜੋ ਗਰੀਬ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਵਾਸਤੇ ਇਹਨਾਂ ਲੰਗਰਾਂ ਦੀ ਲੋੜ ਹੈ ਕਿ ਐਸੀਆਂ ਦਵਾਈਆਂ ਦੇ ਸਹਿਯੋਗ ਕੀਤੇ ਜਾਣ, ਗਰੀਬਾਂ ਨੂੰ ਇਹੋ ਜਿਹੇ ਕੈਂਪ ਲਾ ਕੇ ਗਰੀਬਾਂ ਦੀ ਮਦਦ ਵਾਸਤੇ ਸੇਵਾ ਕੀਤੀ ਜਾਵੇ। ਜੋ ਇਹ ਸਾਡੇ ਬੱਚੇ ਦੇ ਮਨ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ ਜਜ਼ਬਾ ਜਿਹੜਾ, ਉਹ ਇਹਨਾਂ ਨੇ 2-3 ਮਹੀਨੇ ਤੋਂ ਅਰੇਂਜਮੈਂਟ ਕੀਤਾ ਸੀਗਾ ਵੀ ਅਸੀਂ ਕੈਂਪ ਲਵਾਉਣਾ ਆ। ਸੋ ਇਸ ਮੌਕੇ 'ਤੇ ਆ ਕੇ ਜੋ ਸਾਡੇ ਇਲਾਕੇ ਦੇ MLA ਬੀਬੀ ਇੰਦੂਵਾਲਾ ਜੀ ਉਹਨਾਂ ਨੇ ਔਰ ਉਹਨਾਂ ਦੇ ਸਾਥੀਆਂ ਨੇ ਜੋ ਨਾਲ ਮਿਸਟਰ ਸਾਡਾ ਸ਼ੇਰਾ ਜੀ ਔਰ ਸ਼ਾਂਤੀ ਜੀ ਅਤੇ ਹੋਰ ਜੋ ਸਾਹਿਬਾਨ ਆਏ ਹਨ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਧੰਨਵਾਦ ਕਰਦੇ ਹਾਂ। ਜੋ MLA ਸਾਹਿਬ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਆ ਉਹਨਾਂ ਵਿਚਾਰਾਂ ਨੂੰ ਸੁਣ ਕੇ ਬਹੁਤ ਹੀ ਮਨ ਦਰਬਿਆ ਗਿਆ ਸੀਗਾ ਵੀ ਜੋ ਇਸ ਵੇਲੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ
ਉਹਨਾਂ ਦੇ ਮਨ ਵਿੱਚ ਕਿੰਨਾ ਇਸ ਪ੍ਰਤੀ ਜਜ਼ਬਾ ਹੈ। ਔਰ ਮੇਰਾ ਵੀਰ ਦੋਸਤ ਰਜੀਸ਼ ਬੱਬੀ ਜੀ ਜੋ ਇਸੇ ਬਿਮਾਰੀ ਦੇ ਨਾਲ ਇਸ ਦੁਨੀਆਂ ਤੋਂ ਗਏ ਹਨ, ਉਹਨਾਂ ਵਾਸਤੇ ਵੀ ਸਾਡੇ ਮਨ ਵਿੱਚ ਯਾਦ ਹਮੇਸ਼ਾ ਬਣੀ ਰਹੇਗੀ। ਸੋ ਜੋ ਵੀ ਲੀਡਰ ਸਾਹਿਬਾਨ, ਪੱਤਰਕਾਰ ਸਾਹਿਬਾਨ ਔਰ ਪੁਲਿਸ ਦੇ ਮੁਲਾਜ਼ਮ ਆਏ ਹਨ, ਦੂਰੋਂ ਨੇੜਿਓਂ ਜੋ ਵੀ ਸੰਗਤਾਂ ਆਈਆਂ ਹਨ, ਸਾਰਿਆਂ ਦਾ ਹਿੱਤੇ ਆਉਣ 'ਤੇ ਧੰਨਵਾਦ ਕਰਦੇ ਹਾਂ।